ਤਾਂ ਸਮਝ ਰਿਹਾ ਕਿ ਕੋਈ ਵੀ ਭਾਈ ਪੰਜ ਜਾਣੇ ਕਿ ਚਾਰ ਜਾਣੇ ਬੈਠਣੇ ਕੀ ਸਖਤ ਮਨਾਈ ਹੈ। 144 ਕੀ ਕਲਮ ਲਾਗੂ ਪੜ ਗਈ ਹੈ। ਕੋਈ ਵੀ ਪਕੜਾ ਤੋ ਕੋਈ ਸਮਝ ਕੇ ਪਟੇਲ ਦਮੂ ਕੋਈ ਛੁੜਾਣੇ ਨਹੀਂ ਆਵੇ। ਆਪਣੇ ਆਪਣੇ ਘਰ ਕੋ ਬੈਠੇਗਾ ਨੇ ਪੰਜ ਚਾਰ ਜਾਣੇ ਬੈਠਣੇ ਕੀ ਸਖਤ ਮਨਾਈ ਹੈ। ਕੋਈ ਕੋਈ ਇੱਧਰ ਉੱਧਰ ਬੈਠੇ ਨਹੀਂ, ਕੋਈ ਭਾਗ ਨਾ ਆਵੇ ਤੇ ਤੁਹਾਡੇ ਘਰ ਮਾ ਕੀੜੇ ਤੋ ਤੁਮ ਵੀ ਮੁਜਰਮ ਹੋ ਜਾਏਗੇ। ਕੋਈ ਕੋ ਬੈਠੇਗਾ ਨਹੀਂ, ਕੋਈ ਕੋ ਆਪਣੇ ਆਪਣੇ ਘਰ ਮਾ ਬੈਠੇਗਾ। ਅਨੇ ਗੰਮਾ ਜਾਣੇ ਕੀ ਸਖਤ ਮਨਾਈ ਹੈ। ਜੋ ਪਕੜਾ ਜਾਏਗੇ ਤੋ ਕੋਈ ਵੀ ਪਟੇਲ ਕੋ ਤੁਮ ਕੋ ਛੁੜਾਣੇ ਨਹੀਂ ਆਵੇ। ਇਹ ਤਾਂ ਜਦ ਤੱਕ ਰਹੇ ਵਹਾਂ ਤੱਕ ਪੁਲਿਸ ਕਰਤਾ ਕੋਈ ਕਰ ਸਕਾ ਨਹੀਂ, ਇਮਾ ਪੁਲਿਸ ਕਰਤਾ ਕੋਈ ਕਰ ਸਕਾ ਨਹੀਂ। ਇਸ ਜਗ੍ਹਾ ਮਾਹੌਲ ਤਾਂ ਆਪਣੇ ਵੀ ਸਾਥ ਦੇਣਾ ਪੜੇ, ਕਹਿ ਕੇ ਗਮ ਕੇ ਮਾਹੌਲ ਪਰਮਾਣੇ ਚੱਲਣੇ ਕਾ ਕਹਿ ਕੇ ਪਕੜਾ ਜਾਏ ਪਛੀ ਕੋਈ ਪਟੇਲ ਦਮੂ ਕੋ ਛੁੜਾ ਨਹੀਂ ਆਵੇ। ਨੇ ਜਿੱਤੇ ਲਿਵੜੀ ਬਜਾ ਰਹੇ ਨੇ ਲੋਕ ਕੀਜੇਗੇ ਤੇ ਮਾਰੇ ਘਰੋਂ ਬੈਠਣੇ ਕਾ ਕਹਿ ਪੁਲਿਸ ਖਾਤੇ ਮਰ ਚੜ ਜਾ ਕੇ ਤਾਂ ਹਟ ਕੇ ਮੰਗ ਜਾਏਗੇ। ਬੈਠਾ ਮੇਰਾ ਗਿਰ ਸੋਮਨਾਥ ਜ਼ਿਲ੍ਹਾ ਸੇਵਕ ਰਾਣਾ ਭਾਈ।